ਰਾਣ ਸਾਹਿਬ ਅਮਰੀਕਾ ਦੀ ਇੱਕ ਕੰਪਨੀ ਹੈ ਹਾਈ ਹੋਪ, ਜਿਸ ਤਰ੍ਹਾਂ ਮੈਕਡੋਨਲਡ KFC ਅਮਰੀਕਨ ਬ੍ਰਾਂਡ ਹੈ ਨਾ, ਇਸੇ ਤਰ੍ਹਾਂ ਅਮਰੀਕਾ ਦੀ ਇੱਕ ਕੰਪਨੀ ਆਈ ਹੋਪ, ਉਹਨਾਂ ਦਾ ਅੱਜ ਤੁਹਾਨੂੰ ਅਸੀਂ ਹੈਮ ਐਂਡ ਐਗ ਮਾਲਟ ਸੈਂਡਵਿਚ ਖਿਲਾ ਰਹੇ ਹਾਂ। ਆਈ ਹੋਪ, ਕਿਆ ਬਾਤ ਹੈ ਯਾਰ, ਕਿੱਡਾ ਪਿਆਰਾ ਨਾਮ ਹੈ। ਆਈ ਹੋਪ ਹੈਮ ਮੈਲਟ, ਹੈਮ ਐਂਡ ਐਗ ਮੈਲਟ, ਐਗ ਮੈਲਟ, ਹੈਮ ਐਂਡ ਐਗ ਮੈਲਟ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਜੀ, ਸੁਬਹਾਨ ਅੱਲਾ। ਹੈਮ ਐਂਡ ਐਗ ਮੈਲਟ ਸੈਂਡਵਿਚ, ਕਿੱਡਾ ਵੱਡਾ ਨਾਂ ਹੈ। ਇਹ ਬੋਲਦੇ ਬੋਲਦੇ ਤਾਂ ਬੰਦਾ ਕੰਮ ਹੋ ਕੇ ਟੁਰ ਜਾਏਗਾ, ਐਡਾ ਲੰਬਾ ਨਾਂ ਰੱਖਦਾ ਤੁਸੀਂ। ਚਲੋ ਮੇਰੇ ਪਿੱਛੇ ਕਹੋ ਤੁਸੀਂ, ਹੈਮ, ਹੈਮ ਐਂਡ ਐਂਡ ਐਗ, ਐਗ ਮੈਲਟ, ਮੈਲਟ, ਹੈਮ ਐਗ ਮੈਲਟ। ਇਹ ਤਾਂ ਜਿਹੜਾ ਨਾ ਨਾਂ, ਜੇ ਕਿਤੇ ਇਮਤਿਹਾਨਾਂ 'ਚ ਲਿਖਣਾ ਪੈ ਗਿਆ ਤਾਂ ਬੰਦਾ ਤਾਂ ਉਂਝ ਹੀ ਫੇਲ ਹੋਈ ਜਾਏ। ਨਾ ਨਾ, ਯਾਦ ਰੱਖਣਾ ਬੜਾ ਮੁਸ਼ਕਿਲ ਇਹਦਾ। ਅਮੈਰੀਕਾ ਦੀ ਇਹ ਹੋਪ ਕੰਪਨੀ ਦਾ ਇਤਿਹਾਸ ਸਾਨੂੰ ਪਤਾ ਲੱਗਾ, ਅਸੀਂ ਤਾਂ KFC ਅਤੇ ਮੈਕਡੋਨਲਡ ਹੀ ਅੱਜ ਤੱਕ ਸੁਣਦੇ ਆ ਰਹੇ ਹਾਂ। KFC ਨਾਂ ਬੜਾ ਔਖਾ ਜਿਹਾ, ਸਾਨੂੰ ਕਿਹੜੇ ਚੱਕਣੇ ਪਾਉਣ ਲੱਗੇ ਜਨਾਬ, ਸਾਨੂੰ ਸਿੱਧਾ ਸਿੱਧਾ ਕੋਈ ਦੇਸੀ ਨਾਮ ਦੱਸਿਆ ਕਰੋ। ਅਤੇ ਆਈ ਹੋਪ ਕੀ ਹੁੰਦਾ ਜੀ? ਆਈ ਹੋਪ ਅੰਗਰੇਜ਼ੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੈ ਉਮੀਦ। ਹਾਏ ਹਾਏ ਹਾਏ, ਯਾਨੀ ਕਿ ਬਰਗਰ ਖਾ ਕੇ ਅਤੇ ਉਮੀਦ ਪੈਦਾ ਹੋ ਜਾਂਦੀ ਹੈ। ਲਓ ਜੀ, ਇਹ ਆ ਗਏ ਹੈਮ ਮੈਟ ਐਗ ਸੈਂਡਵਿਚ। ਚਲੋ ਸਾਹਿਬ, ਇਹ ਹਾਈ ਹੋਪ ਜਿਹੜੀ ਕੰਪਨੀ ਹੈਗੀ ਨਾ, ਉਹਨਾਂ ਦਾ ਡੱਬਾ ਹੈਗਾ ਆਈ ਹੋਪ, IHOP, ਹੋਪ, ਹੋਪ। ਉਹ ਜਨਾਬ ਸਿੱਧਾ ਕੋਲ ਡਬਲ ਰੋਟੀ ਹੈ। ਇਹ ਚੂੜੀਆਂ ਕਿਆ ਦੀਆਂ ਜਨਾਬ? ਆਂਡੇ ਦੀਆਂ, ਚੰਗੀ ਚੂੜੀ ਬਣੀ ਹੋਈ, ਰਿੰਗ ਬਣਿਆ ਹੋਇਆ ਤਾਂ ਪੂਰਾ। ਅਤੇ ਉੱਤੇ ਅੰਗਰੇਜ਼ੀ ਵੀ ਬੜੀ ਜ਼ਬਰਦਸਤ ਕਿਸਮ ਦੀ ਲਿਖੀ ਗਈ ਹੈ। ਇੱਧਰ ਵੀ ਕੁਛ ਲਿਖਿਆ, ਇੱਧਰ ਵੀ ਕੁਛ ਲਿਖਿਆ, ਸਾਰੇ ਪਾਸੇ ਅੰਗਰੇਜ਼ੀ ਅੰਗਰੇਜ਼ੀ ਹੈ। ਹੋਰ ਜੀ, ਡਬਲ ਰੋਟੀ ਮਾਸ਼ਾਅੱਲਾ ਵੇਖੋ, ਕਿੱਡੇ ਕਿੱਡੇ ਮੋਟੇ ਪੀਸ ਨੇ ਇਹਦੇ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਹਾਈ ਮੈਟ ਐਗ ਸੈਂਡਵਿਚ, ONTHE, ਹਾਟਿੰਗ ਗੋ, ਗੁੱਡ ਗੁੱਡ, ਔਨ ਦਾ ਗੋ, ਔਨ ਦਾ ਗੋ। ਉਹ ਜਨਾਬ ਵਾਲਾ ਇਹ ਹੋ ਗਿਆ ਸੈਂਡਵਿਚ, ਮਾਸ਼ਾਅੱਲਾ ਸੈਂਡਵਿਚ, ਚੰਗਾ ਭਲਵਾਨ ਹੈਗਾ। ਇਹ ਤਾਂ ਇੰਝ ਲੱਗਦਾ ਜਿਵੇਂ ਪੀਜ਼ਾ ਹੋਵੇ। ਇਹ ਦੇਖੋ, ਇਹ ਜਿੱਡਾ ਵੱਡਾ ਇਹਦਾ ਨਾਂ ਹੈ ਨਾ, ਬਰਗਰ ਵੀ ਓਡਾ ਵੱਡਾ ਹੀ ਜੇ। ਅਤੇ ਇਹ ਤਾਂ ਤੁਸੀਂ ਜਾਣਦੇ ਹੀ ਇਹਨਾਂ ਨੂੰ, ਆਲੂ ਐਗ ਤਾਂ ਵੇਚ ਨਜ਼ਰ ਆ ਰਿਹਾ, ਬਾਕੀ ਪਤਾ ਨਹੀਂ ਕੀ ਹੈਗਾ ਇਹਦੇ ਵਿੱਚ। ਅੱਜ ਮੈਨੂੰ ਯਕੀਨ ਹੋਇਆ ਕਿ ਵਾਕਈ ਯਾਰ ਕੋਈ ਕੰਪਨੀ ਅਮਰੀਕਾ ਦੀ ਹੈ, ਕਿਉਂਕਿ ਉਹਦੇ ਦੇ ਟਿਸ਼ੂ ਦੇ ਉੱਤੇ ਵੀ ਇਹ ਮੋਹਰ ਹੈਗੀ ਹੈ। ਅੱਛਾ ਜੀ, ਨਾਲ ਉਹਨਾਂ ਨੇ ਟਮਾਟੋ ਚਟਨੀ ਵੀ ਭੇਜੀ ਹੈ। ਅੱਛਾ, ਇਹ ਵੀ ਉੱਥੋਂ ਦਾ ਹੀ ਹੈ ਉਹਨਾਂ ਦੀ ਕੰਪਨੀ ਦਾ? ਵਾਹ ਜੀ ਵਾਹ। ਜੇ ਕਿਤੇ ਤੁਹਾਡੇ ਘਰ ਕੋਲ 10-15-20 ਮਹਿਮਾਨ ਆਈ ਹਨ ਅਤੇ ਤੁਹਾਨੂੰ ਹਲੇ ਬਰਗਰ ਲਿਆਉਣੇ ਪੈ ਜਾਣ, ਯਕੀਨ ਕਰੋ ਤੁਸੀਂ ਤਾਂ ਮੇਰਾ ਖਿਆਲ ਹੈ ਫਿਰ ਸਾਰੀ ਦਿਹਾੜੀ ਬਰਗਰ ਹੀ ਲਿਆਉਂਦੇ ਰਹੋਗੇ। ਕੀ ਬੜੀ ਗੱਲ ਯਾਰ, ਪਲਾਸਟਿਕ ਦੀ ਛੁਰੀ ਅਤੇ ਪਲਾਸਟਿਕ ਦਾ ਚਮਚ, ਕਿਉਂਕਿ ਅੱਛਾ ਪਲਾਸਟਿਕ ਹੈਗਾ। ਬ੍ਰੈਡ ਤਾਂ ਬਹੁਤ ਮੋਟੀ ਬ੍ਰੈਡ ਹੈ, ਅਤੇ ਬੰਦਾ ਰੱਜ ਜਾਏਗਾ, ਦੋ ਪੀਸ ਖਾ ਲਏਗਾ ਅਤੇ ਬੰਦਾ ਰੱਜ ਜਾਏਗਾ ਪੂਰਾ। ਬਸ ਯਾਰ, ਡਬਲ ਇੱਡਾ ਵੱਡਾ ਸੈਂਡਵਿਚ ਮੈਂ ਹੁਣ ਹੀ ਵੇਖ ਰਿਹਾ, ਹੁੰਦੇ ਨੇ ਸਾਡੇ ਕੋਲ ਛੋਟੇ ਛੋਟੇ ਹੁੰਦੇ ਨੇ, ਸਿੰਗਲ ਪਸਲੇ ਹੀ ਹੁੰਦੇ ਨੇ, ਇਹਦੇ ਨੂੰ ਭਲਵਾਨ ਹੈਗਾ ਪੂਰਾ। ਦੋ ਜੀ, ਇਹ ਦੇਖੋ, ਇਹ ਨਾਲ ਹੱਥ ਹੁੱਥ ਸਾਫ਼ ਕਰਨ ਲਈ, ਮੂੰਹ ਸਾਫ਼ ਕਰਨ ਲਈ ਵੀ ਉਹਨਾਂ ਨੇ ਬਣਾਇਆ ਜੀ, ਉਹਦੇ ਉੱਤੇ ਵੀ ਲਿਖਿਆ ਹੈ, ਪੂਰਾ ਕੰਮ ਸਹੀ ਕੀਤਾ ਹੈ। ਅਤੇ ਇਹ ਨਾਲ ਸ਼ੈਂਪੂ ਦੀਆਂ ਪੁੜੀਆਂ ਵੀ ਹੈਗੀਆਂ ਜੇ। ਮੈਂ ਤਾਂ ਭਾਈ ਦੇਸੀ ਤਰੀਕੇ ਨਾਲ ਹੀ ਫਿਰ ਖਾਵਾਂਗਾ, ਮੇਰੇ ਤੋਂ ਤਾਂ ਨਹੀਂ ਛੁਰੀ ਛੁਰੀ ਨਾਲ ਕੱਟ ਹੋਣਾ। ਏਡਾ ਮੋਟਾ ਸੈਂਡਵਿਚ ਬਣਾ ਤਾ ਉਹਨਾਂ ਨੇ, ਕੀ ਗੱਲ ਹੈ? ਕੁਝ ਮੋਟੇ ਬੰਦੇ ਵਾਸਤੇ ਬਣਾਇਆ ਹੈ ਜਾਂ ਪਤਲੇ ਬੰਦੇ ਵਾਸਤੇ ਬਣਾਇਆ ਹੈ, ਨਹੀਂ ਸਮਝ ਆ ਰਹੀ। ਅਸੀਂ ਇੱਡੀ ਰੋਟੀ, ਡਬਲ ਰੋਟੀ ਅਸੀਂ ਪਹਿਲੀ ਦਫ਼ਾ ਜ਼ਿੰਦਗੀ ਵੇਚ ਰਹੇ ਹਾਂ ਕਿ ਇੱਡਾ ਵੱਡਾ ਸੈਂਡਵਿਚ ਹੁੰਦਾ, ਛੋਟੇ ਛੋਟੇ ਨਾਲ ਮਿਲ ਗਿਆ ਪੀਸ, ਇਹ ਤਾਂ ਚੰਗਾ ਭਗਵਾਨ ਹੈਗਾ। ਹੁਣ ਮੂੰਹ ਹੈ ਛੋਟਾ ਅਤੇ ਕੰਮ ਹੈ ਵੱਡਾ, ਅਤੇ ਇਹਨੂੰ ਛੋਟੀ ਜਿਹੀ ਚੱਕੀ ਮਾਰ ਲਈਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਤੁਸੀਂ ਖਾਓਗੇ?
ਮੈਨੂੰ ਤਾਂ ਹਾਲੇ ਤਾਂ ਅੰਡੇ ਦਾ ਮਜ਼ਾ ਆਇਆ, ਬਾਕੀ ਚੀਜ਼ਾਂ ਹਾਲੇ ਆਉਣਗੀਆਂ ਮੂੰਹ 'ਚ ਪਤਾ ਚੱਲੇਗਾ ਕੀ ਹੋਏ ਚਲੇ। ਹਾਂ ਜੇ ਇਹ ਮੈਨੂੰ ਤਾਂ ਆਲੂ ਜੇ ਲੱਗ ਰਹੇ ਨੇ, ਪਤਾ ਨਹੀਂ ਕੀ ਵਿੱਚ ਪਿਆ। ਉਹਨਾਂ ਨੇ ਤੋਸ਼ਾਂ ਨੂੰ ਮੱਖਣ ਲਾ ਕੇ ਫਰਾਈ ਕੀਤਾ, ਕਿੱਡਾ ਜਨਾਬ ਵੱਡਾ ਸੈਂਡਵਿਚ ਹੈ, ਦੁਪਹਿਰ ਦਾ ਖਾਣਾ ਹੁੰਦਾ, ਡਿਨਰ ਹੁੰਦਾ। ਐਂ ਲੱਗਦਾ ਜਿਸ ਤਰ੍ਹਾਂ ਉਹ ਟ੍ਰੇਨ ਨਹੀਂ ਹੁੰਦੀ, ਕਦੀ ਉਹਦੀਆਂ ਬ੍ਰੇਕਾਂ ਦੇਖਣਾ, ਉਹ ਵੀ ਇਹਦੇ ਨਾਲ ਦੀ ਹੀ ਹੁੰਦੀਆਂ ਜੇ। ਅਤੇ ਮਨ ਤਾਂ ਇਹ ਲੱਗਦਾ ਸੀ ਮੈਂ ਘਰ ਕਿਤੇ ਬ੍ਰੇਕ ਨੂੰ ਚੱਕ ਮਾਰ ਲਿਆ। ਵਾਹ ਜੀ ਵਾਹ ਵਾਹ, ਕਿਆ ਬਾਤ। ਵਾਹ ਵਾਹ, ਇੰਜ ਲੱਗ ਗਿਆ ਜਿਵੇਂ ਅਸੀਂ ਬਰਗਰ ਖਾ ਰਹੇ ਹਾਂ, ਬੰਦ ਖਾ ਰਹੇ ਹਾਂ। ਬਾਕੀ ਖੂਬ ਬਣਿਆ ਜੀ, ਕਿਆ ਬਾਤ ਹੈ। ਯਕੀਨ ਜਾਣੋ ਇਹੋ ਜਿਹਾ ਤੁਸੀਂ ਇੱਕ ਖਾ ਲਵੋ ਤੇ ਮੇਰਾ ਤਾਂ ਖਿਆਲ ਹੈ ਦੁਬਾਰਾ ਤੁਹਾਨੂੰ ਰੋਟੀ ਤੇ ਖਾਣੀ ਨਹੀਂ ਪਏਗੀ। ਬਾਕੀ ਇਹ ਸੈਂਡਵਿਚ ਦਾ ਫਾਇਦਾ ਪਤਾ ਕੀ, ਬੰਦੇ ਦਾ ਦਿਲ ਨਹੀਂ ਨਾ ਕਰ ਰਿਹਾ ਖਾਣਾ ਨਹੀਂ ਖਾਣਾ, ਮੈਂ ਇਹ ਖਾ ਲਓ ਬਸ, ਅੱਧੇ ਘੰਟੇ ਬਾਅਦ ਤੁਹਾਨੂੰ ਹਜ਼ਮ ਹੋ ਜਾਣਾ। ਮੈਂ ਪਿਆਜ਼ ਕੱਢਿਆ ਕਿ ਸੱਪ ਕੱਢ ਲਿਆ ਵਾਲਾ, ਇਹ ਡੰਗ ਤੇ ਮਾਰੇਗਾ ਕਿਤੇ ਕਿ ਖਲੜੀ ਛੱਡ ਗਿਆ ਆਪਣੀ ਪਿਆਜ਼ ਹੀ, ਇਹ ਮੈਂ ਥੱਲੋਂ ਨਹੀਂ ਖਾਵਾਂਗੀ, ਉੱਤੋਂ ਡੰਗ ਨਾ ਮਾਰ ਦੇਵੇ। ਗੋਸ਼ਤ ਵੀ ਬੜਾ ਅਜੀਬ ਜਿਹਾ, ਬੜਾ ਉਹਨੂੰ ਪੀਸ ਕੇ ਬਣਾਈ ਜਾਂ ਟਿੱਕੀ ਬਣਾਉਂਦੀ ਹੈ, ਟਿੱਕੀ 'ਚ ਨਾ ਬਣਾਈਏ। ਇਹਦਾ ਨਾ ਹੋਣਾ ਚਾਹੀਦਾ ਸੀ ਮੋਟਾ ਬਰਗਰ, ਇਹ ਇੱਕ ਖਾ ਕੇ ਬੰਦਾ ਜਿਹੜਾ ਪੁਰਬਾਸ਼ ਹੋ ਜਾਂਦਾ। ਬੜਾ ਪਿਆਰਾ ਬਣਿਆ ਅਤੇ ਬੜਾ ਮਜ਼ੇਦਾਰ ਜ਼ਾਇਕਾ, ਪਤਾ ਨਹੀਂ ਵਿੱਚ ਕਿਹੜੀ ਚੀਜ਼ ਦੀ ਖੁਸ਼ਬੂ ਬਹੁਤ ਆ ਰਹੀ। ਵਾਹ ਕੀ ਪਿਆਰ, ਮਜ਼ਾ ਆਇਆ, ਨਾ ਮਿਰਚਾਂ ਨਾ ਲੂਣ ਨਾ ਲੈਣਾ ਨਾ ਦੇਣਾ, ਫਿੱਕਾ ਪਿਆਜ਼, ਹਾਏ 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 ਕੀ ਮਜ਼ਾ ਆਇਆ। ਬੜਾ ਜਿਵੇਂ ਉਹ ਨਹੀਂ ਅਸੀਂ ਉਹ ਖਾਂਦੇ ਪਾਪੜ, ਪਾਪੜਾਂ ਦਾ ਗੋਸ਼ਤ ਬਣਿਆ ਬਿਲਕੁਲ ਬਰੀਕ ਕਿਸਮ ਦਾ। ਵਿੱਚ ਜਿਹੜਾ ਸਭ ਤੋਂ ਬਿਹਤਰੀਨ ਜਿਹੜਾ ਜ਼ਾਇਕਾ ਇਹਦਾ ਆ ਰਿਹਾ ਨਾ ਜੀ, ਉਹ ਹੈਗਾ ਜੇ ਅੰਡੇ ਦਾ। ਐਡੇ ਮੁਰਗੀ ਦੇ ਪੀਸ ਨੇ ਜੀ, ਚੁੜ ਸਰ ਤੁਹਾਡਾ ਫਲ ਹੋ ਜਾਂਦੇ ਨੇ ਪਤਲੇ, ਟਿਸ਼ੂ ਵਰਗੇ ਪਤਲੇ ਮੁਰਗੀ ਦੇ ਪੀਸ। ਇਹ ਤੇ ਖਾ ਕੇ ਬੰਦਾ ਬੋਕਸਿੰਗ ਸ਼ੁਰੂ ਕਰ ਦੇਵੇ ਨਾ, ਤੇ ਮੈਂ ਕਹਿੰਦਾ ਢਾਲ ਹੋਏਗਾ, ਮੁਹੰਮਦ ਅਲੀ ਕਿਲਾ ਬਣ ਜਾਏਗਾ। ਯਾਰ ਜ਼ਾਇਕਾ ਜਿਹੜਾ ਇਹਦਾ ਨਮਕੀਨ ਟੈਪ ਹੈਗਾ, ਹਲਕਾ ਹਲਕਾ, ਇਹ ਹੈਗਾ ਕਿ ਮੈਨੂੰ ਸ਼ੱਕ ਪੈਂਦਾ ਕਿ ਦੁਪਹਿਰ ਦਾ ਹੀ ਖਾਣਾ ਖਾਂਦੇ ਹੋਣਗੇ। ਸੈਂਡਵਿਚ ਦੇਖੇ ਨੇ ਉਹਦੇ, ਆ ਇਕੱਠੇ ਹੁੰਦੇ ਨੇ ਇੰਝ, ਅਤੇ ਵਿੱਚ ਜਿਹੜੀ ਆ ਚੀਜ਼ ਹੁੰਦੀ ਨਾ ਉਹਦਾ ਸੈਂਡਵਿਚ ਬਣਾਉਂਦੇ ਨੇ ਇੱਥੇ, ਥੋੜ੍ਹੀ ਚਿਕਨ ਪਾ ਕੇ ਪਤਾ ਨਹੀਂ ਕੀ ਕੁਛ ਬਣਾ ਕੇ ਇਹ, ਲੇਕਿਨ ਸੈਂਡਵਿਚ ਦਾ ਵੱਡੇ ਵੱਡੇ ਡਬਲ ਰੋਟੀ ਦੇ ਪੀਸ। ਵਾਹ, ਸਾਡੇ 'ਚ ਇੱਕ ਪੀਸ ਕਦੇ ਇੱਕ ਹੁੰਦੀ ਹੈ ਜੀ, ਸਾਡੀ ਜੇ ਜਵਾਰ ਦੀ ਮਕਈ ਦੀ ਰੋਟੀ ਅਸੀਂ ਬਣਾਉਂਦੇ ਹਾਂ, ਦੇਖੋ ਉਹ ਵੀ ਇੱਡੀ ਮੋਟੀ ਨਹੀਂ ਹੁੰਦੀ। ਯਕੀਨ ਕਰੋ ਕਿ ਤੁਸੀਂ ਜ਼ਰਦੀ ਅਤੇ ਸਫੈਦੀ ਸਮੇਤ ਮਿਲਾ ਕੇ ਅੰਡਾ ਖਾਓ, ਤੁਹਾਨੂੰ ਬੜਾ ਮਜ਼ਾ ਦੇਵੇਗਾ। ਤੁਸੀਂ ਖਾਲੀ ਜ਼ਰਦੀ ਖਾ ਲਓ ਤਾਂ ਵੀ ਨਹੀਂ ਮਜ਼ਾ ਆਏਗਾ, ਤੁਸੀਂ ਖਾਲੀ ਸਫੈਦੀ ਖਾ ਲਓ ਤਾਂ ਵੀ ਨਹੀਂ ਮਜ਼ਾ ਆਏਗਾ। ਨਮਕੀਨ ਨਮਕੀਨ ਜ਼ਾਇਕਾ ਬਹੁਤ ਵਿੱਚ ਆ ਰਿਹਾ, ਅੰਡੇ ਦਾ ਤਾਂ ਮਜ਼ਾ ਹੈ ਹੀ ਹੈ, ਨਮਕੀਨ ਪਤਾ ਨਹੀਂ ਸੋਸ ਹੈਗੀ ਵਿੱਚ, ਚਿਕਨ ਤੋਂ ਮੈਂ ਪਰੇਸ਼ਾਨ ਹਾਂ ਨਾ, ਬਰੀਕ ਚਿਕਨ ਟਿਸ਼ੂ ਵਰਗਾ ਪਤਲਾ ਕੱਟ ਕੇ ਪਾਇਆ। ਅੱਗੇ ਸੈਂਡਵਿਚ ਖਾਈਦੇ ਨੇ, ਮੁਰਗੀ ਹੁੰਦੀ ਹੈ, ਸਲਾਦ ਹੁੰਦਾ ਉਹਦੇ 'ਚ, ਹਾਂਜੀ ਚੀਜ਼ ਹੁੰਦੀ ਉਹਦੇ 'ਚ, ਦੂਸਰੇ ਸੈਂਡਵਿਚ ਕਈਆਂ 'ਚ ਕੀਮਾ ਹੁੰਦਾ, ਲੇਕਿਨ ਇਹਦੇ ਵਿੱਚ ਮੁਰਗੀ ਦਾ ਬੜਾ ਮਜ਼ੇਦਾਰ ਜ਼ਾਇਕਾ ਆ ਰਿਹਾ। ਮੁਰਗੀ ਲੱਗ ਨਹੀਂ ਰਹੀ, ਮੁਰਗੀ ਐਂ ਲੱਗ ਰਿਹਾ ਮੁਰਗਾਬੀ ਦਾ ਗੋਸ਼ਤ ਖਾ ਰਿਹਾ ਮੈਂ। ਹੈਗਾ ਖਾਣ ਦਾ ਮਜ਼ੇਦਾਰ ਹੈਗਾ, ਗਰਮ ਹੈਗਾ, ਫਿਰ ਨਾ ਗੋਸ਼ਤ ਪਾਇਆ, ਨਾ ਆਂਡਾ ਪਾਇਆ, ਨਾ ਚੀਜ਼ ਪਾਈ ਹੈ। ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣਾ ਬੈਲ ਆਈਕਨ ਦਬਾਓ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ, ਅੱਛੇ ਅੱਛੇ ਸੈਂਡਵਿਚ ਖਾਓ, ਜਾਨਾ ਬਣਾਓ, ਅਤੇ ਫਿਰ ਮਿਲਾਂਗੇ ਤੁਹਾਡੇ ਨਾਲ। ਇਜਾਜ਼ਤ ਦਿਓ, ਅੱਲਾ ਹਾਫਿਜ਼।